ਭਿਆਨਕ ਸੜਕ ਹਾਦਸੇ ਦੇ ਵਿੱਚ ਪਿਓ ਪੁੱਤ ਦੀ ਹੋਈ ਮੌਤ। ਸਵੇਰੇ ਸਵੇਰੇ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ। ਕਾਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ। ਦਿਨ ਚੜ੍ਹਦੇ ਹੀ ਮੋਗਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦੇ ਕਿ ਸਵੇਰੇ ਸਵੇਰੇ ਇੱਕ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਸੜਕ ਹਾਦਸੇ ਦੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੇਪੁਰਾ ਪਿੰਡ ਨੇੜੇ ਵਾਪਰਿਆ ਤੇ ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਜਾਣਕਾਰੀ ਮੁਤਾਬਕ ਬੁੱਗੇਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਜਾਂਦੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਤਾਂ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਪਿਓ ਪੁੱਤ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜੋ ਸਿੰਘ ਜੀ, ਤੁਸੀਂ ਇੱਕ ਦੋ ਐਕਸੀਡੈਂਟ ਕੇਸ ਲੈ ਕੇ ਆਏ ਹੋ, ਕੀ ਸਾਰੀ ਸਥਿਤੀ ਸੀ, ਕਿੱਥੋਂ ਲੈ ਕੇ ਆਏ ਹੋ ਅਤੇ ਕਿੰਨੀ ਕੁ ਉਮਰ ਲੱਗੀ ਸੀ ਅਤੇ ਕੀ ਕਹਿਣਾ ਚਾਹੁੰਦੇ ਇਸ ਬਾਰੇ? ਇਹ ਜੀ, ਸਾਡੀ ਸਮਾਜ ਸੇਵਾ ਸੁਸਾਇਟੀ ਦੇ ਐਮਰਜੈਂਸੀ ਨੰਬਰ 'ਤੇ ਕਾਲ ਆਈ ਸੀ। ਇੱਕ ਵੀ ਬੁੱਗੀਪੁਰਾ ਪਿੰਡ ਬਾਹਰਲੇ ਬਾਈਪਾਸ 'ਤੇ ਇੱਕ ਐਕਸੀਡੈਂਟ ਹੋਇਆ ਕਾਰ ਅਤੇ ਮੋਟਰਸਾਈਕਲ ਦਾ, ਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਆ। ਸਾਨੂੰ ਕਾਲ ਆਉਣ ਤੋਂ ਬਾਅਦ ਅਸੀਂ ਐਮਰਜੈਂਸੀ ਗੱਡੀਆਂ ਆਪਦੀਆਂ ਦੋਵੇਂ ਲੈ ਕੇ ਮੌਕੇ 'ਤੇ ਪਹੁੰਚੇ। ਜਾ ਕੇ ਦੇਖਿਆ ਹਾਲਤ ਗੰਭੀਰ ਸੀ ਵਿਅਕਤੀਆਂ ਦੀ। ਉਹਨਾਂ ਨੂੰ ਅਸੀਂ ਗੱਡੀਆਂ 'ਚ ਪਾ ਕੇ ਸਿਵਲ ਹੋਸਪਿਟਲ ਐਮਰਜੈਂਸੀ ਲੈ ਆਏ, ਜਿੱਥੇ ਆ ਕੇ ਡਾਕਟਰਾਂ ਨੇ ਉਹਨਾਂ ਦਾ ਚੈੱਕਅਪ ਕੀਤਾ ਅਤੇ ਦੋਵੇਂ ਵਿਅਕਤੀਆਂ ਨੂੰ ਮ੍ਰਿਤਕ ਕਰਾਰ ਕਰ ਦਿੱਤਾ। ਅਗਲੀ ਕਾਰਵਾਈ ਡਾਕਟਰ ਸਾਹਿਬ ਅਤੇ ਪੁਲਿਸ ਪ੍ਰਸ਼ਾਸਨ ਕਰ ਰਹੇ ਆ। ਮੌਕੇ 'ਤੇ ਜਾ ਕੇ ਲੋਕਾਂ ਨੇ ਕੁਝ ਦੱਸਿਆ ਵੀ ਕਿਵੇਂ ਹੋਇਆ ਐਕਸੀਡੈਂਟ ਜਾਂ ਕਿਹਨਾਂ 'ਤੇ ਹੋਇਆ? ਲੋਕਾਂ ਦੱਸਣ ਦੇ ਮੁਤਾਬਕ ਇਹ ਮੋਟਰਸਾਈਕਲ ਸਵਾਰ ਅਤੇ ਇੱਕ ਸਵਿਫਟ ਕਾਰ ਦਾ ਐਕਸੀਡੈਂਟ ਹੋਇਆ। ਜੋ ਮੋਟਰਸਾਈਕਲ ਸਵਾਰ ਸੀ ਉਹ ਦੋਵੇਂ ਵਿਅਕਤੀ ਪਿਓ ਪੁੱਤ ਸੀ ਅਤੇ ਮਹਿਰੋਂ ਪਿੰਡ ਦੇ ਸੀਗੇ। ਅਤੇ ਵਾਰਸਾਂ ਦਾ ਕੁਝ ਪਤਾ ਲੱਗਿਆ ਜੀ? ਵਾਰਸਾ ਆ ਗਿਆ ਜੀ ਉਹਨਾਂ ਦੇ ਹੋਸਪਿਟਲ। ਅਤੇ ਤੁਹਾਡੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਗਈ? ਸਾਡੇ ਵੱਲੋਂ ਉਹਨਾਂ ਡੈੱਡ ਬੋਡੀਆਂ ਨੂੰ ਮੋਰਚਰੀ ਵਿੱਚ ਰੱਖ ਕੇ ਜੋ ਅਗਲੀ ਕਾਰਵਾਈ ਆ ਹੁਣ ਉਹ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਹੋਸਪਿਟਲ ਦੇ ਡਾਕਟਰ ਕਰਨਗੇ ਜੀ। ਮੇਰਾ ਨਾਮ ਕਮਲਪ੍ਰੀਤ ਸਿੰਘ ਹੈ। ਕਮਲਪ੍ਰੀਤ ਜੀ, ਇੱਕ ਐਕਸੀਡੈਂਟ ਹੋਇਆ, ਕਿਹੜੇ ਪਿੰਡ ਦੇ ਰਹਿਣ ਵਾਲੇ ਸੀ ਅਤੇ ਕੌਣ ਸੀ ਲੋਕ? ਇਹ ਮੇਰਾ ਪਿੰਡ ਮਹਿਰੋਂ ਆ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ ਇਹ। ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਹਾਂਜੀ, ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ 'ਤੇ ਚੜ੍ਹੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ 'ਤੇ ਹੋ ਗਏ। ਅਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ, ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆਈ। ਉਹ ਇੱਧਰੋਂ ਬਰਨਾਲਾ ਸਾਈਡ ਤੋਂ ਇੱਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਅਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ? ਕੀ ਨਾਮ? ਮੁੰਡਾ ਹਰਪ੍ਰੀਤ, ਮਦਰ ਸੀ ਜਿਹੜਾ ਸਾਡੇ। ਤੇ ਫਾਦਰ ਦੀ ਉਮਰ ਹੋਈ ਕਿੰਨੀ ਹੋਈਗੀ? ਮੁੰਡੇ ਦੀ ਮੁੰਡਾ ਹੀ ਹੈ ਜੀ, ਫਾਦਰ ਦੀ ਉਮਰ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਜੀ, ਉਹ ਵਿਆਹਿਆ ਹੈ ਜੀ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਨੇ। ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆਪਦਾ, ਬਸ ਥੋੜਾ ਛੋਟਾ ਮਾਲਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਨੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ 'ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਆ, ਕੇਰਾਂ ਉਹਨਾਂ ਨੂੰ ਕਰ ਰਹੀ ਆ ਰਾਉਂਡ ਅਪ। ਅਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪਿਟਲ 'ਚ ਐਡਮਿਟ ਕਰਾਏ ਆ ਜੀ ਮੌਕੇ 'ਤੇ, ਅਸੀਂ ਉੱਥੇ SFS ਵੀ ਪਹੁੰਚੀ, SFS ਵੀ, ਅਤੇ ਇੱਥੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ 'ਤੇ ਪਹੁੰਚੇ, ਉਹਨਾਂ ਨੇ ਲੈ ਕੇ ਇੱਥੇ ਐਡਮਿਟ ਕਰਾਏ ਆ। ਇੱਥੇ ਆ ਕੇ ਡਾਕਟਰਾਂ ਨੇ ਉਹਨਾਂ ਨੇ ਜਿਹੜਾ ਮ੍ਰਿਤ ਘੋਸ਼ਿਤ ਕਰਤਾ ਜੀ। ਚੜ੍ਹਦੀ ਕਲਾ ਟਾਈਮ ਟੀਵੀ ਲਈ ਮੋਗਾ ਤੋਂ ਪੱਤਰਕਾਰ ਸਰਬਜੀਤ ਰੌਲੀ ਦੀ ਖਾਸ ਰਿਪੋਰਟ।